जो जो भाई फर्स्ट टाइम ये वीडियो देख रहा है, वीडियो को लाइक कर दें और ये आगे रेड कलर का निशान है उस पर प्रेस कर लें, साथ ही बेल आइकन पर प्रेस कर लें ताकि हम जो डेली वीडियो अपलोड करें सबसे पहले आप देख सकें। जी दोस्तों, क्या हाल चाल है भाई? सब का ठीक ठाक हो? और जनाब अजे थोनों तो शौक कराने इन्हों के, थोड़े कोई बच्चे वगैरह दिखाने इन्हों के, तो इन्हों को काफ़ी इन्हों के माशाल्लाह चंगे कबूतर उड़ते हैं, तो इन्हों को थोड़ा मोटा पूछा भी इन्हों भाई की कारकरदगी आ, तो इन्हों बारे से दसनगे भी इन्हों दुए जो इले ने जोड़े बच्चे दो इन्हों पाड़े से शाम तक उड़न लग गए थे, इले ने रंग ही उदा लगया से तो जड़े इल पैंती सी बार बार, तो फिर भी घर वापस आए। तो वीडियो में लास्ट तक देखियो मेरे भरा, तो अगर वीडियो दोस्तों ने शेयर भी करो, तो इन्हों पुछते हैं कि इन्हों की कारकरदगी की खासियत आ। हाँ जी उस्ताद जी, जरा दसो इन्हों के बारे के, पहले इन्हों अख का शौक कराओ, इतने दुई अख। वो भी इदा दी उच्च घड़ानी हुई है अच्छा जी, चलो उस्ताद जी पर तरफ पर का शौक कराओ। क्लोया आ पठी है जी, ये बारे च पट्टी है दसो जी। उस्ताद जी। ਇਹ ਉਸਤਾਦ ਜੀ ਪੱਟੀ ਹੈ, ਅਸੀਂ ਸ਼ਾਮ ਦੇ ਘਰ ਬੱਚੇ ਕੱਟੇ ਹੋਏ ਹੈ ਉਡਾ ਅੱਛਾ, ਕੇ, ਸਹੀ ਇਹ ਸਹੀ ਪਿੰਡ ਦਿਨ ਬੱਚੇ ਉੱਠਦੇ ਆ ਸ਼ਾਮ ਕਰਕੇ ਨਿਸ਼ਾਲਾ ਲੈਂਦੇ ਆ। ਸਹੀ, ਹਾਂਜੀ ਤੇ ਇਹ ਸਾਡੇ ਗਿੱਜੀ ਆ, ਢਾਂਗੀ ਤੇ ਲੱਗੀ ਆ ਸਾਦਾ ਤੀਲਾਂ ਵਾਲੀ ਤੇ। ਤੀਲਾਂ ਵਾਲੀ ਤੇ? ਇਹ ਕਬੂਤਰ ਆ, ਇਹ ਵੀ ਢਾਂਗੀ ਤੇ ਲੱਗਾ ਹੋਇਆ ਵਾ। ਅੱਛਾ, ਇਹ ਸਾਰੀ ਪੰਜੀਆਂ ਦਾ ਜ਼ਰਾ ਸ਼ੌਕ ਕਰਾਇਓ, ਜ਼ਰਾ ਪੰਜੇ ਦੇਖ ਲਈਏ ਇਹਦੇ। ਪੰਜੇ ਖੁਸ਼ਕ ਪੰਜੇ ਆ ਨਾ, ਹੁਣ ਵੱਡੇ ਵੱਡੇ ਆ, ਤੇ ਉਹ ਇਹਦੇ ਨਾਲ ਲੱਗਿਆ ਹਾਂਜੀ ਕਬੂਤਰ? ਇਹ ਜੋੜਾ ਲੱਗਾ ਜੀ, ਪੱਠੀ ਅੱਛਾ, ਪੱਠਾ ਵਾ। ਸਹੀ ਸਹੀ, ਤੇ ਇਹ ਪੱਠਾ ਦੇਖੋ, ਚੈੱਕ ਕਰੋ ਜ਼ਰਾ। ਵਾਹ ਜੀ ਵਾਹ, ਕਿਆ ਇਹਦੀ ਖਾਸੀਅਤ ਉਸਤਾਦ ਜੀ ਜ਼ਰਾ ਇਹਦੀ ਦੱਸੋ। ਖਾਸੀਅਤ ਇਹ ਆ ਸਾਜੀ, ਇਹ ਜਦੋਂ ਉੱਡਦਾ ਵਾ ਉਦੋਂ ਇਹ ਡਿੱਗ ਪੈਂਦਾ ਵਾ, ਉੱਡਦਾ ਹੀ ਆ ਸਾਜੀ ਉੱਡਣ ਵਾਲੇ ਕਬੂਤਰ ਆਏ। ਉਸਤਾਦ ਜੀ ਕੋਈ ਖਾਸੀਅਤ ਦੱਸੋ ਕਿ ਕਿੰਨੇ ਵਜੇ ਤੱਕ ਬੱਚਾ ਵੀ ਨਾਲ ਹੀ ਇਹਦੇ ਸੀਗਾ? ਹਾਂਜੀ ਇਹ ਵੀ ਇਹਦੇ ਨਾਲ ਹੀ ਆ ਜੀ। ਅੱਛਾ, ਠੀਕ ਹਾਂਜੀ ਠੀਕ, ਇਹ ਇਕੱਠੀ ਉੱਡਦੇ ਆ, ਇਕੱਠੀ ਉੱਡਦੇ ਸੀ, ਸ਼ਾਮ ਹਾਂਜੀ ਤੱਕ ਉੱਡੇ ਉੱਡਾ ਇਕੱਠੇ ਹੋਏ ਤੁਸੀਂ? ਹਾਂਜੀ ਇਕੱਠੇ ਹੋਏ, ਇਹਨਾਂ ਦੀ ਤਾਂ ਗਰੰਟੀ ਅੱਲਾ ਬੰਦਿਆਂ ਲੋਹੇ ਦੇ ਲਕੀਰ ਆ, ਲੋਹੇ ਬੱਚੇ ਦੇ? ਨਾ ਉੱਡਣ ਤੇ ਅਸੀਂ ਭੈਣ ਛੁਰੀ ਫੇਰ ਦਾਂਗੇ ਸਾਰੇ ਕਬੂਤਰਾਂ ਨੂੰ। ਸਹੀ ਸਹੀ, ਸ਼ੌਕ ਕਰੀ ਇਹਦਾ ਜਾ, ਜ਼ਰਾ ਪੰਜੀਆਂ ਦਾ ਸ਼ੌਕ ਕਰਾਓ ਆ ਲੈ ਕਬੂਤਰ ਜੀ ਦੇ, ਇਹਦੇ ਪਰਾਂ ਦਾ ਵੀ ਕਰਾਓ ਜ਼ਰਾ ਸ਼ੌਕ। ਆ ਬਾਹਲੀਆਂ ਦੋ ਦੋ ਗੰਨੀਆਂ ਦੀਆਂ ਪੁਰਾਣੀਆਂ ਵਾ, ਅੱਛਾ ਜੀ, ਬਾਕੀ ਅਸੀਂ ਦੂਆ ਪਰ ਦਾ ਵੀ ਕਰਾਇਓ ਜ਼ਰਾ। ਲੈਸ ਉੱਥੇ ਵੀ ਭਾਈ ਇੱਦਾਂ ਦੀ ਇਹਦੇ ਕਰਾਂ, ਨਵੇਂ ਪਾਰਾ ਇੱਕੋ ਜਿੱਦਾਂ ਦੀ ਆ। ਉਸਤਾਦ ਜੀ ਫਿਰ ਸ਼ੌਕੀ, ਇਹਨਾਂ ਨੂੰ ਤਾਂ ਫਿਰ ਦਿਖਾਉਣਾ ਤਾਂ ਕੁਛ ਪੈਂਦਾ ਹੀ ਹੈ ਨਾ। ਇਹ ਅੱਛਾ, ਸਾਜੀ ਇੱਥੇ ਮੈਂ ਦੁਕਾਨ 'ਚ ਲਾਏ ਹੋਏ ਆ ਤੀਲਣ ਛੱਤਰੀ ਤੇ। ਠੀਕ ਹੋ ਗਿਆ, ਹਾਂਜੀ ਅਤੇ ਇਹਨਾਂ ਦੀ ਆਪਣੀ ਦੁਕਾਨ ਕਿਹੜੀ ਹੈ ਵੀ ਦੱਸ ਦਿਓ, ਕਿਹੜੀ ਤੁਹਾਡੀ ਦੁਕਾਨ ਮੇਰੀ ਹੈ? ਮੁਰਗੀ ਦੁਕਾਨ ਆ ਹੀ, ਹੋਰ ਮੈਂ ਕਿਹੜਾ ਇੱਥੇ ਵੀ ਬੱਕਰੇ ਢਾਣਾ ਮੁਰਗੇ ਦਾ ਅੱਛਾ ਉਸਤਾਦ ਦੁਕਾਨ ਜੀ, ਕੋਈ ਆਪਣਾ ਕਿਸੇ ਨੇ ਮੁਰਗਾ ਵਰਗਾ ਲੈਣਾ ਹੋਵੇ ਬੰਦੇ ਨਾਲ ਰਾਬਤਾ ਕੋਈ ਕਰੇ, ਨਹੀਂ, ਨੰਬਰ ਨੰਬਰ ਲਿਖ ਲਓ ਭਾਈ, ਆਰਡਰ ਉੱਡਰ ਤੇ ਵੀ ਤਿਆਰ ਕਰ ਦਿੰਦੇ ਅਸੀਂ। ਆਰਡਰ 'ਤੇ ਵੀ ਤਿਆਰ ਕਰ ਦਿੰਦੇ? ਹਾਂ ਠੀਕ ਹੋ ਗਿਆ, ਆਹੋ ਚਲੋ ਕੋਈ ਨਹੀਂ, ਅੱਲਾ ਖੈਰ ਕਰੇ, ਤੁਹਾਡਾ ਮੁਰਗੀਆਂ ਦਾ ਵੀ ਆਰਡਰ ਬਣਾ ਦਾਂਗੇ। ਹਾਂ ਅਤੇ ਆਪਣਾ ਦੂਸਰੇ ਬੱਚਿਆਂ ਦਾ ਵੀ, ਉਸਤਾਦ ਜੀ ਤੁਸੀਂ ਆਪਣੇ ਬਾਰੇ ਤਾਂ ਕੁਝ ਦੱਸੋ। ਉਸਤਾਦ ਜੀ ਅਸੀਂ ਆਪਣੇ ਬਾਰੇ ਕੀ ਦੱਸਣਾ, ਇਹ ਕੋਈ ਨਹੀਂ ਭਾਈ ਜੀ। ਆਪਣਾ ਛੋਟਾ ਭਾਈ ਆ, ਅੱਛਾ ਇਹ ਜੀ, ਕਬੂਤਰ ਸ਼ਬੂਤਰ ਲਾਂਦਾ ਚੜਾਉਂਦਾ ਏ, ਸਾਫ ਹਾਂ ਸੋ ਲੈਂਦਾ ਵਾ, ਬਦਾਮ ਬਦੂਮ ਪਾਉਂਦਾ? ਬਦਾਮ ਵੀ ਪਾਉਂਦਾ, ਸ਼ਾਮ ਦਾ ਸਾਰਾ ਕੁਛ ਇਹੀ ਸਹੀ ਕਰਦਾ ਸਹੀ ਵਾ। ਸਹੀ, ਹਾਂਜੀ ਇਹ ਆ ਸਾਡੀਆਂ ਹੁਣ ਬਾਜੀਆਂ ਲੱਗੀਆਂ 10,000 ਦੇ ਮੁੱਢ ਦੀਆਂ, ਹਾਂ ਦਸ ਹਾਂ ਬਾਜੀਆਂ ਲੱਗੀਆਂ ਸਾਡੀਆਂ, ਅੱਛਾ ਅੱਛਾ, ਇਨਸ਼ਾਅੱਲਾ ਅਰਕੇ ਅਸੀਂ ਮਤਾਂ ਪਤਾ ਕਰਾਂਗੇ, ਚਲੋ ਅੱਲਾ ਖੈਰ ਅੱਲਾ ਕਰੇ ਤਾਲਾ ਜੀ। ਸਾਨੂੰ ਇੱਜ਼ਤ ਦੇਵੇ ਇਨਸ਼ਾਅੱਲਾ, ਸਾਡੇ ਪੁੱਤਰ ਚੰਗੇ ਹੋਣ ਤੇ ਯਾਰ ਸਾਡਾ ਨਾਮ ਚੱਲਦਾ ਚੁੱਲ੍ਹੇ ਵਿੱਚ, ਕੀ ਹੋ ਗਿਆ ਜੋ ਸੀ? ਹਾਂ ਸਹੀ ਗੱਲ ਆ, ਫੈਸਲਾ ਬਾਅਦ 'ਚ ਦੋਸਤ ਦੀ ਦੱਸੋ ਕੀ ਚੋਲੇ, ਦੇਵੇ ਚੁੱਲ੍ਹਾ, ਉੱਥੇ ਭਾਈ ਰਹਿੰਦੇ ਆ ਜਨਾਬ, ਆਹੋ ਇਹ ਅਤੇ ਸ਼ਾਲ ਬੱਟ ਉਹ ਮੇਰਾ ਸ਼ਾਗਿਰਦਾ ਤੇ ਆ ਵੀ ਮੇਰਾ ਸ਼ਾਗਿਰਦਾ ਦੋਨੇ। ਅੱਛਾ, ਹਾਂਜੀ ਦੋਵੇਂ ਭਾਈ ਸ਼ਾਗਿਰਦ ਹੈਗੇ ਉਹਨਾਂ ਦੇ ਜੀ, ਤੇ ਮਾਸ਼ਾਅੱਲਾ ਉਸਤਾਦ ਬਹੁਤ ਵੱਡੇ ਹੈਗੇ ਆ, ਮੁਰਗੀਆਂ ਦੀ ਆਪਣੀ ਦੁਕਾਨ ਆ। ਭਾਈ ਆਪਣੇ ਸੰਭਾਲ ਕੇ ਛੱਡੀਦਾ ਵਾ, ਮਾੜਾ ਔੜੇ ਚੰਗਾ ਔੜੇ ਜਿੱਦਾਂ ਮਰਜ਼ੀ, ਲੇਕਿਨ ਕਬੂਤਰ ਵਾਜਾਂ ਫਸ ਕੇ ਅਸੀਂ ਕਬੂਤਰਾ ਸਾਡਾ ਹਾਜ਼ੀਅਤ ਕਰਦਾ ਵਾ, ਹਾਂ ਇਹ ਤਾਂ ਚੰਗੀ ਸਾਡੇ ਗੱਲ ਆ, ਕਬੂਤਰ ਦੀ ਇੰਨੀ ਗਰੰਟੀ, ਆਖਰੀ ਕਬੂਤਰ ਨਾਲ ਹਾਜ਼ੀਅਤ ਕਰਦਾ ਫਸ ਕੇ। ਸਹੀ ਸਹੀ। ਹਾਂਜੀ ਅੱਛਾ ਉਸਤਾਦ ਜੀ, ਉਹ ਬੱਚੇ ਹੁਣ ਤੁਸੀਂ ਫੜ ਕੇ ਲਿਖਾਓ ਦਾ, ਜਿਹੜੇ ਇਹਨਾਂ ਨੇ ਪੜੇ ਆ ਉਹ ਲਿਆ ਕੇ ਤੁਹਾਨੂੰ ਇਹ ਆ ਸਾਡੇ ਦਿਖਾਉਂਦੇ ਆ। ਬੱਚੇ ਆ ਪਿਛਲੇ ਹਫਤੇ ਇਹਨੇ ਪਾੜ ਗਈ ਰੋਟਲਾ, ਅੱਛਾ ਆ ਜਨਾਬ ਆ ਬੱਚੇ ਆ ਦੇਖੀ ਗਏ ਆ ਜੀ, ਬੱਚੇ ਸਾਡੇ ਜੀ, ਇਹ ਆ ਦਿਖਾਓ ਬੱਚੇ ਜ਼ਰਾ, ਪਿਛਲੇ ਇਹਨੇ ਪਾੜੇ ਪਾੜਿਆ ਆ। ਜੀ ਇਹ ਦੱਸਿਓ ਉਹਦੀ ਕਿੰਨੇ ਕੀ ਵਜੇ ਤੱਕ ਇਹ ਉੱਡੇ? ਭਾਜੀ ਇਹ ਬੱਚਾ ਜਿਹੜਾ ਵਾ ਆ ਇੱਕ ਰਾਤ ਰਹਿ ਕੇ ਆਇਆ ਵਾ, ਅੱਛਾ ਕੀ ਸਹੀ, ਕਰਨਾ ਆ ਉਦਾਂ ਸ਼ਾਮ ਨੂੰ ਤਕਰੀਬਨ ਅਸੀਂ 8 ਵਜੇ ਨਾਲ ਦੇ ਸਾਡੇ ਚਵਾਰੇ ਦੀ ਬੈਠ ਗਿਆ ਸੀ ਆ ਕੇ, ਉੱਥੇ ਅੱਛਾ ਚੱਕਿਆ, ਸਹੀ ਸਹੀ ਤੇ ਬੱਚੇ ਰਾਤ ਵੀ ਰਹਿ ਗਿਆ, ਇਹਦਾ ਬੱਚਾ ਰਾਤ ਰਹਿ ਗਿਆ, ਅਗਲੇ ਦਿਨ ਤਕਰੀਬਨ ਕੋਈ 2-2:30 ਵਜੇ ਬੈਠਾ ਸੀ ਫਿਰ। ਸਹੀ ਸਹੀ, ਠੀਕ ਹੋ ਗਿਆ, ਤੇ ਆ ਇਹਨਾਂ ਨੇ ਘਰ ਹੀ ਆ ਕੇ ਹਾਂਜੀ ਡਿੱਗਿਆ ਜ ਇਹਨਾਂ ਨੇ ਆਇਆ ਪਾੜ? ਆ ਘਰ ਡਿੱਗੇ ਆ ਕੇ, ਜਿੱਦਣ ਇਹਨਾਂ ਨੇ ਪਾੜਿਆ ਅਗਲੇ ਦਿਨ ਦੂਸਰ ਦੇ ਵਿੱਚ ਹਾਂ, ਇਹਨੇ ਪਾੜਿਆ, ਫਿਰ ਘਰ ਹੀ ਆਇਆ ਸੀ ਆ ਦੇਖਣਾ, ਤੇ ਆ ਭਾਈ ਲੱਗੀ ਆ ਦੀ ਹੱਡੀ ਸਾਰੀ। ਹੱਡੀ ਸਾਰੀ, ਸਹੀ ਗੱਲ ਹਾਂ ਆ, ਇਦਾਂ ਹੀ ਆ, ਇਹ ਦੋਨੇ ਮਸਲਾਂ, ਇਹ ਅਗਲੀ ਝੋਲੀ ਦੇ ਆ, ਉਹ ਦੋਨੇ ਪਹਿਲੀ ਝੋਲੀ ਦੇ ਆ, ਦੂਜੀ ਝੋਲੀ ਦੇ ਆ। ਸਹੀ, ਠੀਕ ਹੋ ਗਿਆ, ਤੇ ਮਾਸ਼ਾਅੱਲਾ ਤੇ ਚੰਗੇ ਬੱਚੇ ਆ, ਤੇ ਇਹਨਾਂ ਦੇ ਜ਼ਰੂਰ ਪਰ ਪੂਰ ਖੋਲ ਕੇ ਜ਼ਰਾ ਆ ਥੋੜ੍ਹੇ ਭਾਈ ਮੋਟੇ, ਟੁੰਡ ਮੁੰਡ ਕੀਤੇ ਸੀ, ਦੇਖੋ ਗੋਲ ਨਹੀਂ ਕਰਕੇ ਥੋੜੇ ਕੀਤੇ ਸੀ। ਗੋਲ ਕਰ ਦਿੱਤੇ ਇਲਾਂ ਪੈਂਦੀਆਂ ਤਾਂ ਹਾਂਜੀ ਕਰਕੇ ਗੋਲ ਕਿਸੀ ਕਰ ਦੇ ਅੰਦਰ, ਇਹ ਹੁਣ ਤਕਰੀਬਨ ਹੋਰ 5-7 ਦਿਨ 10 ਦਿਨ ਖਿੱਚਦੇ ਨੇ, ਅੱਲਾ ਖੈਰ ਕਰੇ। ਇਹ ਦੋਵੇਂ ਸ਼ਾਖ ਆ? ਹਾਂਜੀ ਨਹੀਂ ਇਹ ਕਟੀਰਾ ਵਾ ਇੱਕ ਸ਼ਾਖ ਆ, ਅੱਛਾ ਟੀਰਾ ਦੇ ਸ਼ਾਖ ਆ, ਮਾਂ ਨਾਲ ਦੀ ਖੱਟੀਆਂ ਅੱਖਾਂ ਦੀ ਆ ਹਾਂ ਹਾਂ, ਤੇ ਪਿਓ ਟੀਰਾ ਵਾ, ਠੀਕ ਹੋ ਗਿਆ, ਤੇ ਇਹ ਮਾਸ਼ਾਅੱਲਾ ਸਾਡੇ ਘਰ ਦਾ ਜੋੜਾ ਵਾ।
ਇੱਥੇ ਉਡਾਉਂਦੇ ਇੱਥੇ ਇੱਥੇ। ਅਸੀਂ ਉਡਾਈ ਦੇ, ਇੱਥੇ ਸੰਭਾਲ ਸੰਭੂਲ ਕੇ, ਸਹੀ ਇੱਥੇ ਹੀ ਸਹੀ, ਜੋ ਵੀ ਕਰੀ ਜਾਵਾਂ। ਬੜੀ ਗੱਲ ਆ। ਹੋਰ ਭਾਈ ਤੇ ਸਭ ਠੀਕ ਠਾਕ, ਰਾਜ ਭਾਈ ਸਾਰੇ ਸਾਰਿਆਂ ਨੂੰ ਸਲਾਮ ਕਰ ਦਿਓ ਉਸਤਾਦ ਜੀ। ਸਾਰਿਆਂ ਨੂੰ ਭਾਈ ਸਾਡੇ ਨੂੰ ਸਲਾਮ ਅਲੈਕੁਮ। ਭਾਈ ਜਿਹੜਾ ਵੀ ਵੀਡੀਓ ਦੇਖੇ ਪਲੀਜ਼ ਮਿਹਰਬਾਨੀ ਆ, ਇਹ ਵੀਡੀਓ ਨੂੰ ਲਾਈਕ ਕਰ ਦੇਵੇ, ਲਾਈਕ ਸ਼ੇਅਰ ਕਰੇ ਰੱਖ ਫੋਲੋ ਕੇ। ਸ਼ੇਅਰ ਕਰ ਦਿਓ। ਆਹੋ ਜੇ ਮੇਰੇ ਮੂੰਹ ਨੂੰ ਕਿਸਮ ਦੁਆ ਯਾਦ ਰੱਖਿਓ। ਠੀਕ ਆ ਫਿਰ, ਓਕੇ ਜੀ, ਓਕੇ ਟੋਏ ਸਲਾਮ। ਓਕੇ।